ਦੋਸਤੋ ਇਹ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਹੈ ਇੰਜਨਾਂ ਬਾਰੇ ਇੰਜਨਾਂ ਬਾਰੇ ਗੱਲਬਾਤ ਕਰਨੀ ਕਿਉਂ ਜ਼ਰੂਰੀ ਆ ਕਿ ਮੈਨੂੰ ਬਹੁਤ ਫੋਨ ਆਉਂਦੇ ਆ ਬਹੁਤ ਕਾਲਾਂ ਆਉਂਦੀਆਂ ਤੇ ਮੈਂ ਖੁਦ ਵੀ ਇਹ ਚੀਜ਼ ਮਹਿਸੂਸ ਕਰਦਾ ਕਿ ਅਸੀਂ ਇੰਜਨਾਂ ਦੇ ਯਾਨੀ ਕਿ ਪਾਵਰਫੁੱਲ ਗੱਡੀਆਂ ਦੇ ਬਹੁਤ ਨਜ਼ਾਰੇ ਲਏ ਆ ਬੜੀਆਂ ਭੁਜਾ ਕੇ ਵੇਖੀਆਂ ਪਰਫਾਰਮੈਂਸ ਦੇਖੀ ਐ ਛੋਟੀਆਂ-ਛੋਟੀਆਂ ਗੱਡੀਆਂ 'ਚ ਵੱਡੇ-ਵੱਡੇ ਇੰਜਨ ਦੇਖੇ ਆ ਮਾਈਲੇਜ ਵੀ ਚੰਗੀ ਦੇਖੀ ਐ ਪਰ ਜਿਹੜੀ ਆਉਣ ਵਾਲੀ ਪੀੜ੍ਹੀ ਆ ਸਾਡੇ ਬੱਚੇ ਨੇ ਜਾਂ ਹੁਣ ਆਪਾਂ ਜਿਹੜੀਆਂ ਗੱਡੀਆਂ ਪਰਚੇਸ ਕਰ ਰਹੇ ਆ ਉਹਦੇ ਵਿੱਚ ਤੁਹਾਨੂੰ ਜਾਂ ਮੈਨੂੰ ਕਿਤੇ ਵੀ ਕੋਈ ਪਾਵਰਫੁੱਲ ਇੰਜਨ ਨਹੀਂ ਲੱਭ ਰਿਹਾ ਕੋਈ ਚਲਾਉਣ ਦਾ ਮਜ਼ਾ ਨਹੀਂ ਆ ਰਿਹਾ ਖਾਸ ਕਰਕੇ ਪੈਟਰੋਲ ਗੱਡੀਆਂ ਦਾ ਤੁਸੀਂ ਵੀ ਇਹ ਚੀਜ਼ਾਂ ਸਾਰਿਆਂ ਨੇ ਮਹਿਸੂਸ ਕੀਤੀਆਂ ਨੇ ਮੈਨੂੰ ਫੋਨਾਂ 'ਤੇ ਦੱਸਿਆ ਤੁਸੀਂ ਦੇਖੋ ਦੋਸਤੋ ਜਿਹੜੀ ਪੋਲਿਊਸ਼ਨ ਦਾ ਜਿਹੜਾ ਫਾ ਸਾਡੇ ਗੱਲ 'ਚ ਪਿਆ ਹੋਇਆ ਪੋਲਿਊਸ਼ਨ ਦਾ ਇੱਕ ਨਾਮ ਜਿਹੜਾ ਚੱਲ ਰਿਹਾ ਫਿਲਹਾਲ ਦੀ ਘੜੀ ਇਹਦੇ ਵਿੱਚ ਸਰਕਾਰਾਂ ਨੇ ਕੰਪਨੀਆਂ ਦੇ ਉੱਤੇ ਪਾਬੰਦੀ ਐਨੀ ਜ਼ਿਆਦਾ ਲਾ ਦਿੱਤੀ ਆ ਕਿ ਉਹ ਕੋਈ ਵੀ ਪਾਵਰਫੁੱਲ ਇੰਜਨ ਜਿਹੜੀਆਂ ਕੰਪਨੀਆਂ ਨਹੀਂ ਬਣਾ ਸਕਦੀਆਂ ਖਾਸ ਕਰਕੇ ਛੋਟੀਆਂ ਕਾਰਾਂ ਦੇ ਵਿੱਚ ਜੇ ਪਾਵਰਫੁੱਲ ਇੰਜਨ ਲੈਣੇ ਆ ਤੇ ਤੁਹਾਨੂੰ ਬਹੁਤ ਮਹਿੰਗੀ ਗੱਡੀ ਖਰੀਦਣੀ ਪੈਂਦੀ ਆ ਬਹੁਤ ਜ਼ਿਆਦਾ ਪੈਸੇ ਖਰਚਣੇ ਪੈਂਦੀ ਆ ਫਿਰ ਜਾ ਕੇ ਪਾਵਰ ਮਿਲੇਗੀ ਤੇ ਉਹ ਵੀ ਓਨੀ ਜ਼ਿਆਦਾ ਨਹੀਂ ਮਿਲ ਸਕਦੀ ਪਹਿਲਾਂ ਤੁਸੀਂ V6 ਇੰਜਨ ਆਮ ਹੀ ਦੇਖੇ ਹੋਣੇ ਗੱਡੀਆਂ ਦੇ ਵਿੱਚ ਔਰ ਅੱਜ ਦੇਖਣ ਨੂੰ ਨਹੀਂ ਮਿਲਦੇ ਜਿਹੜੀਆਂ ਕਾਰਾਂ BMW Audi Mercedes ਜਿਹੜੀਆਂ V6 ਦੇ ਵਿੱਚ ਆਉਂਦੀਆਂ ਹੀ ਉਹ ਇਥੋਂ ਤੱਕ 3 ਸਿਲੰਡਰ ਤੱਕ ਵੀ ਕਰ ਦਿਤੀਆਂ ਨੇ ਤੇ ਚਾਰ ਸਿਲੰਡਰ ਤੇ ਸਾਰੀਆਂ ਗੱਡੀਆਂ ਕਰ ਦਿਤੀਆਂ ਨੇ ਇੰਨਾ ਮਾੜਾ ਹਾਲ ਹੋ ਗਿਆ ਇਹ ਨਹੀਂ ਕਿ 26 ਦੇ ਵਿੱਚ ਉਹ ਤੇਲ ਬਹੁਤ ਜ਼ਿਆਦਾ ਖਾਂਦੀਆਂ ਸੀ ਨਹੀਂ ਮਾਈਲੇਜ ਵੀ ਵਧੀਆ ਸੀ ਪਰ ਉਹਨਾਂ ਦਾ ਸਰਕਾਰ ਕਹਿੰਦੀ ਹੈ ਪੋਲੂਸ਼ਨ ਜ਼ਿਆਦਾ ਸੀ ਇਹ ਕਰਕੇ ਬੰਦ ਕਰ ਦਿਤੀਆਂ ਤੁਸੀਂ ਇੱਕ ਐਗਜ਼ਾਮਪਲ ਲਾ ਲਓ ਇੰਡੀਗਾ ਲਾ ਲਓ ਤੁਸੀਂ ਪੁਰਾਣੀ ਇੰਡੀਗਾ ਅੱਜ ਵੀ ਕਿਤੇ ਚਲਾ ਕੇ ਦੇਖੋ ਤੇ ਉਹ ਹੁਣ ਦੀਆਂ ਗੱਡੀਆਂ ਨਾਲੋਂ ਅੱਜ ਵੀ ਵੱਧ ਬੜਕਾਂ ਮਾਰੂਗੀ ਹਾਲਾਂਕਿ ਉਹਦੀ ਹੌਸਪਾਵਰ ਇੰਨੀ ਜ਼ਿਆਦਾ ਨਹੀਂ ਟੈਕਨੋਲੋਜੀ ਇੰਨੀ ਜ਼ਿਆਦਾ ਨਹੀਂ ਫਿਰ ਵੀ ਉਹ ਬੜਕਾਂ ਪੂਰੀਆਂ ਮਾਰਦੀ ਹੈ ਭਜਦੀ ਹੈ ਪੁਰਾਣੇ ਸਵਿਫਟ ਲਾ ਲਓ 9 10 ਮਾਡਲ ਦੇਖ ਲਓ ਤੁਸੀਂ 14 ਮਾਡਲ ਤੱਕ ਦੇਖ ਲਓ ਉਹਦੀ ਪਿਕਅਪ ਬਹੁਤ ਜ਼ਿਆਦਾ ਹੁੰਦੀ ਹੈ ਤੇ ਅੱਜ ਦੀਆਂ ਸਵਿਫਟਾਂ ਚਲਾ ਕੇ ਦੇਖ ਲਓ ਔਨ ਪੇਪਰ ਚਾਹੇ ਤੁਹਾਨੂੰ ਬੜੀ ਜ਼ਿਆਦਾ ਹਾਰਸ ਪਾਵਰ ਦਿਖਾਉਣਗੇ ਪਰ ਜਦੋਂ ਤੁਸੀਂ ਚਲਾਉਂਦੇ ਹੋ ਤੇ ਤੁਹਾਨੂੰ ਬਿਲਕੁਲ ਵੀ ਸਵਾਦ ਨਹੀਂ ਆਉਂਦਾ ਪਹਿਲੇ ਅਜ ਤੋਂ 6 8 10 ਸਾਲ ਪਹਿਲਾਂ 65 ਹੌਸਪਾਵਰ ਗੱਡੀ ਵੀ ਜਿਹੜੀ ਬਹੁਤ ਜ਼ਿਆਦਾ ਪਾਵਰ ਮਹਿਸੂਸ ਕਰਾਉਂਦੀ ਸੀ ਤੇ ਅੱਜ ਦੀ ਜੇ ਗੱਲ ਕਰ ਲਈਏ ਤੇ 100 ਹੌਸਪਾਵਰ ਗੱਡੀ ਵੀ ਬਿਲਕੁਲ ਪਾਵਰ ਮਹਿਸੂਸ ਨਹੀਂ ਕਰਾਉਂਦੀ ਤੇ ਸਫਾਰੀ ਦੀ ਗੱਲ ਕਰ ਲਈਏ 2200 ਸੀਸੀ ਆਉਂਦੀ ਸੀ 3000 ਸੀਸੀ ਆਉਂਦੀ ਸੀ ਸੁਮੋ ਆਉਂਦੀ ਸੀ 3000 ਸੀਸੀ ਦੇ ਵਿੱਚ ਸਕੋਰਪੀਆ ਦੀ ਗੱਲ ਕਰ ਲਈਏ 2600 ਸੀਸੀ ਦੇ ਵਿੱਚ ਆਉਂਦੀ ਸੀ ਬਹੁਤ ਤਗੜੀ ਪਿਕਅਪ ਆਉਂਦੀ ਸੀ ਸਕਾਰਪਿਓ ਪਹਿਲੀ 140 ਹੌਸਪਾਵਰ ਆਉਂਦੀ ਹੁਣ ਕੁੱਲ ਮਿਲਾ ਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਇੰਜਨ ਵੀ ਇੰਨੇ ਜ਼ਿਆਦਾ ਪਾਵਰਫੁੱਲ ਹੁੰਦੇ ਸੀ ਉਹ ਕਿਉਂ ਨਹੀਂ ਪਤਾ ਲੱਗਣਾ ਕਿਉਂਕਿ ਹੁਣ ਜਦੋਂ ਨੂੰ ਉਹਨਾਂ ਨੇ ਜਵਾਨ ਹੋ ਕੇ ਗੱਡੀ ਚਲਾਉਣੀ ਸ਼ੁਰੂ ਕਰਨੀ ਹੈ ਉਦੋਂ ਨੂੰ ਇੰਜਨ ਦਾ ਕੰਮ ਹੀ ਇਹਨਾਂ ਖਤਮ ਕਰ ਦੇਣਾ ਸਾਰੀਆਂ ਕੰਪਨੀਆਂ ਜ਼ੋਰ ਕੱਤੇ ਦੇ ਰਹੀਆਂ ਨੇ ਈਵੀ ਦੇ ਉੱਤੇ ਈਵੀ ਦਾ ਮੋਟਰ ਸੈਟਅਪ ਜਿਹੜਾ ਉਹ ਬਹੁਤ ਜ਼ਿਆਦਾ ਪਾਵਰਫੁੱਲ ਆ ਇਹ ਗੱਲ ਹੈਗੀ ਆ ਕਿ ਪਾਵਰਫੁੱਲ ਈਵੀ ਮੋਟਰ ਸੈਟਅਪ ਜਿਹੜਾ ਬਹੁਤ ਜ਼ਿਆਦਾ ਹੈਗਾ ਪਰ ਈਵੀ ਦਾ ਜਿਹੜਾ ਫਿਊਚਰ ਆ ਉਹ ਕਈ ਬੰਦਿਆਂ ਨੂੰ ਕੇ ਅੱਗੇ ਜਾ ਕੇ ਚੰਗਾ ਨਹੀਂ ਹੋ ਸਕਦਾ ਕਿਉਂਕਿ ਇੰਨੀ ਮਹਿੰਗੀ EV ਕਾਰ ਲੈਣੀ ਹੈ ਜਦੋਂ ਉਸ ਰੀਸੇਲ ਕਰਨੀ ਹੈ ਉਦੋਂ ਤੇ ਉਹਦੇ ਕੋਈ ਚਾਂਸਸ ਨਹੀਂ ਹੈਗੇ ਰੀਸੇਲ ਕਰਨ ਦੇ ਹਾਲਾਂਕਿ ਇੱਕ ਡੀਲਰਸ਼ਿਪ ਖੁੱਲੀ ਹੈ ਦਿੱਲੀ ਦੇ ਵਿੱਚ ਜਿਹੜੀਆਂ ਪੁਰਾਣੀਆਂ EV ਕਾਰਾਂ ਜਿਹੜੀਆਂ ਸੇਲ ਕਰਦੇ ਆ ਤੇ ਉਹ ਜੇ ਆਪਾਂ ਗੱਡੀ ਵੀ ਉਹਨਾਂ ਨੂੰ ਦੇਣੀ ਹੈ ਤੇ ਵਧੀਆ ਕੀਮਤ ਦੇ ਦਿੰਦੇ ਆ ਤੇ ਉਦੋਂ ਮਿਲ ਵੀ ਚੰਗੀ ਕੀਮਤ ਤੇ ਜਾਂਦੀਆਂ ਨੇ ਸੋ ਇਹ ਮੇਰੀ ਵੀਡੀਓ ਬਣਾਉਣ ਦਾ ਮੇਨ ਮਕਸਦ ਹੈ ਵਾ ਕਿ ਜ਼ਿਆਦਾਤਰ ਕਾਰ ਕੰਪਨੀ ਜਿਹੜੀਆਂ ਇੰਜਣ ਬਣਾਉਣ ਤੋਂ ਵੀ ਡਰਦੀਆਂ ਨੇ ਬਹੁਤ ਕਾਰ ਕੰਪਨੀਆਂ ਜਿਹੜੀਆਂ ਇੱਕ ਦੋ ਇੰਜਨਾਂ ਦੇ ਉੱਤੇ ਹੀ ਇੰਨੀਆਂ ਜ਼ਿਆਦਾ ਗੱਡੀਆਂ ਖੜੀਆਂ ਕਰ ਦਿੰਦੇ ਆ ਛੋਟੀ ਜਿਹੀ ਇੱਕ ਲਿਸਟ ਤੁਹਾਡੇ ਲਈ ਲੈ ਕੇ ਆਇਆ ਕਿ ਕੱਡੀਆਂ ਬਣ ਕਿੰਨੀਆਂ ਰਹੀਆਂ ਨੇ ਤੇ ਉਹਨਾਂ 'ਚ ਇੰਜਣ ਕਿੰਨੇ ਯੂਜ਼ ਕੀਤੇ ਜਾ ਰਹੇ ਆ ਤੇ ਸਾਡੀ ਜਿਹੜੀ ਪੈਸੇ ਦੀ ਬੜੇ ਵੱਡੇ ਲੈਵਲ ਤੇ ਬਰਬਾਦੀ ਹੋ ਰਹੀ ਆ ਇੱਕ ਪੋਲਿਊਸ਼ਨ ਦੇ ਕਰਕੇ ਤੇ ਕੁਝ ਏਦਾਂ ਦਾ ਸਿਸਟਮ ਬਣ ਜੇ ਕਿ ਜਾਂ ਤੇ ਸਰਕਾਰ ਜਿਹੜਾ ਥੋੜੀਆਂ ਪਾਬੰਦੀਆਂ ਘੱਟ ਕਰੇ ਤੇ ਜਾਂ ਫਿਰ ਕੋਈ ਇੰਜਣ ਦੀ ਟੈਕਨੋਲੋਜੀ ਹੀ ਵਧੀਆ ਐਡਵਾਂਸ ਲੈਵਲ ਦੀ ਆ ਜਾਏ ਜੇ ਇੰਜਣ ਦੇ ਉੱਤੇ ਪੈਸਾ ਖਰਚਣ ਦੀ ਗੱਲ ਕਰ ਲਈਏ ਇੰਜਣ ਦੇ ਉੱਤੇ ਜ਼ਿਆਦਾ ਖੋਜਾਂ ਕਰਨ ਦੀ ਗੱਲ ਕਰ ਲਈਏ ਤੇ ਉਹਦੇ ਵਿੱਚ ਕੋਈ ਵੀ ਕੰਪਨੀ ਪੈਸਾ ਇਨਵੈਸਟ ਨਹੀਂ ਕਰ ਰਹੀ ਮੰਨ ਲਓ ਕਿਸੇ ਇੱਕ ਕੰਪਨੀ ਕੋ ਚੰਗਾ ਇੰਜਨ ਨਹੀਂ ਹੈਗਾ ਤੇ ਉਹ ਦੂਜੀ ਕੰਪਨੀ ਕੋਲ ਲੈ ਰਿਆ ਜਿਵੇਂ ਕਿ ਇੱਕ ਐਗਜ਼ਾਮਪਲ ਦੇ ਤੌਰ ਤੇ ਆਪਾਂ ਹੈਰੀਅਰ ਦੀ ਗੱਲ ਕਰ ਲਈਏ ਸਫਾਰੀ ਦੀ ਗੱਲ ਕਰ ਲਈਏ ਉਹ ਇੰਜਨ ਜਿਹੜਾ ਪਤਾ ਨਹੀਂ ਕਿੰਨੀਆਂ ਕੱਡੀਆਂ ਚ ਵਰਤਿਆ ਜਾ ਚੁੱਕਾ ਐਮਜੀ ਹੈਕਟਰ ਚ ਵਰਤਿਆ ਜਾਂਦਾ ਜੀਪ ਮੈਰੀਟਨ ਤੇ ਜੀਪ ਕੰਪਾਸ ਦੇ ਇਦਾਂ ਦੀਆਂ ਕਈ ਹੋਰ ਗੱਡੀਆਂ ਦੇ ਵਿੱਚ ਉਹ ਇੰਜਨ ਯੂਜ਼ ਕੀਤਾ ਜਾਂਦਾ ਹੈ ਇਹ ਵੀ ਜਿਹੜਾ ਹੈਰੀਅਰ ਦਾ ਇੰਜਨ ਹੈ ਨਾ ਜਿਹੜਾ ਇਹ ਵੀ ਫੀਅਰਡ ਦਾ ਇੰਜਨ ਆ ਤੇ ਪਹਿਲਾਂ ਵੀ ਇੱਕ ਫੀਅਰਡ ਦਾ 1300 ਸੀਸੀ ਇੰਜਨ ਰਿਹਾ ਜਿਹੜਾ ਕਿ ਬਹੁਤ ਗੱਡੀਆਂ ਦੇ ਵਿੱਚ ਯੂਜ਼ ਕੀਤਾ ਨਿਸ਼ਾਨ ਨੇ ਕੀਤਾ ਰਨੋਟ ਨੇ ਕੀਤਾ ਮਰੂਤੀ ਸੂਕੀ ਨੇ ਕੀਤਾ ਟਾਟਾ ਨੇ ਕੀਤਾ ਫੀਅਰ ਨੇ ਆਪ ਵੀ ਉਹ ਇੰਜਨ ਯੂਜ਼ ਕੀਤਾ ਬਹੁਤ ਜ਼ਿਆਦਾ ਕਾਮਯਾਬ ਇੰਜਨ ਰਿਹਾ ਹੈਗਾ ਸੋ ਹੁਣ ਜੇ ਆਪਾਂ ਗੱਲ ਕਰੀਏ 10 ਕ ਕੰਪਨੀਆਂ ਦੀ ਗੱਲ ਕਰ ਲੈਣਾ ਤੇ ਛੋਟੇ ਚ ਮੈਂ ਕੋਸ਼ਿਸ਼ ਕਰਾਂਗਾ ਮਕਾਉਂਦੀ ਹੋ ਸਕਦਾ ਵੱਡੀ ਹੋ ਜੇ ਵੀਡੀਓ ਹੁਣ ਜੇ ਆਪਾਂ ਜੀਪ ਦੀ ਗੱਲ ਹੀ ਕੀਤੀ ਸੀ ਤੇ ਦੋਸਤੋ ਜੀਪ ਦੀਆਂ ਤਿੰਨ ਕ ਗੱਡੀਆਂ ਨੇ ਜਿਹੜੀਆਂ ਮੜੀ-ਮੋਟੀਆਂ ਵੇਖਦੀਆਂ ਨੇ ਜੀਪ ਮੈਰੀਡਨ ਜੀਪ ਕੰਪਾਸ ਤੇ ਰੈਂਗਲਰ ਰੂਬਿਕਨ ਹੁਣ ਇਹਨਾਂ ਦੇ ਵਿੱਚ ਜੇ ਗੱਲ ਕਰੀਏ ਤੇ ਰੈਂਗਲਰ ਨੂੰ ਛੱਡ ਕੇ ਜੀਬ ਮੈਰੀਡਨ ਤੇ ਕੰਪਾਸ ਦੇ ਵਿੱਚ ਜਿਹੜਾ ਇੰਜਨ ਯੂਜ਼ ਕੀਤਾ ਗਿਆ 2000 ਲੀਟਰ 2 ਲੀਟਰ ਉਹ ਇੰਜਨ ਫੀਅਰਡ ਦਾ ਵਾ ਤੇ ਆਪਣਾ ਇੰਜਨ ਇਹਨਾਂ ਨੇ ਨਹੀਂ ਵਰਤਿਆ ਕਿਉਂਕਿ ਇਹਨਾਂ ਨੂੰ ਇੰਡੀਆ ਵਾਸਤੇ ਕੋਈ ਇੰਜਨ ਹੋਰ ਸੈੱਟ ਬੈਠਾ ਹੀ ਨਹੀਂ ਹੈ ਸੋ ਇਹਨਾਂ ਦੋਨਾਂ ਗੱਡੀਆਂ ਦੇ ਵਿੱਚ ਬਹੁਤ ਵਧੀਆ ਪਰਫਾਰਮੈਂਸ ਦਿੰਦਾ ਵਾ ਪਰ ਇਹਨਾਂ ਦਾ ਆਪਣਾ ਨਹੀਂ ਹੈਗਾ ਤੇ ਚਲੋ ਜੇ ਕੋਈ ਪ੍ਰੋਬਲਮ ਪੈ ਜਾਈਏ ਤੇ ਡੀਲ ਵਧੀਆ ਕਰ ਲੈਂਦੇ ਆ ਸੋਲੂਸ਼ਨ ਇਹਨਾਂ ਕੋਲ ਹੈਗੇ ਵੈਸੇ ਇੰਜਨ ਹੈ ਕਾਮਯਾਬੀਆ ਸਟਰਨ ਦੀ ਗੱਲ ਕਰ ਲਈਏ ਤੇ ਸਟਰਨ ਦੀਆਂ ਹੁਣ ਤਿੰਨ ਕਾਰਾਂ ਨੇ ਤੇ ਤਿੰਨੇ ਇੰਜਨ ਨੇ ਸਟਰਨ ਦੇ ਕੋਲ ਔਰ ਤਿੰਨੇ ਇੰਜਨ ਪਾਵਰਫੁਲ ਨੇ ਚੰਗੇ ਇੰਜਨ ਨੇ ਸਟਰਨ ਦੇ ਜੇ ਇੰਜਨ ਦੀ ਗੱਲ ਕਰ ਲਈਏ ਕਿਤੇ ਤੁਸੀਂ ਗੱਡੀ ਸਟਰਨ ਦੀ ਚਲਾ ਕੇ ਦੇਖਿਓ ਤੁਹਾਨੂੰ ਬਹੁਤ ਜ਼ਿਆਦਾ ਪਿਕਅਪ ਮਹਿਸੂਸ ਹੋਏਗੀ ਹਾਲਾਂਕਿ ਬਾਅਦ ਚ ਕੁਝ ਸਾਲ ਚੱਲਣ ਤੋਂ ਬਾਅਦ ਕਿੱਦਾਂ ਦੀ ਪਰਫਾਰਮੈਂਸ ਰਹਿੰਦੀ ਹੈ ਮੈਂਟੇਨੈਂਸ ਕਿੱਦਾਂ ਦੀ ਰਹਿੰਦੀ ਹੈ ਇਹ ਗੱਲਾਂ ਬਾਅਦ ਦੀਆਂ ਨੇ ਅੱਗੇ ਗੱਲ ਕਰ ਲਈਏ ਦੋਸਤੋ ਟਾਟਾ ਦੀ ਤੇ ਟਾਟਾ ਕੋਲ ਇਸ ਟਾਈਮ ਸੱਤ ਕਾਰਾਂ ਨੇ ਤੇ ਚਾਰ ਇੰਜਨ ਨੇ ਤੇ ਇਹ ਚਾਰ ਇੰਜਨ ਜਿਹੜੇ ਆ ਸਮਝੋ ਕੀ ਹਰalde ਮਿਲਦੇ ਹੀ ਨੇ ਸਾਰੇ 1200 cc ਤੋਂ ਲੈ ਕੇ 1200 1500 ਔਰ 2000 cc ਤੱਕ ਇਨਾਂ ਕੋਲ ਇੰਜਨ ਹੈਗੇ ਆ ਪਰ ਜਿਹੜਾ 2000 ਵਾਲਾ cc ਇੰਜਨ ਆ ਉਹ ਫੀਅਰਡ ਦਾ ਇੰਜਨ ਹੈਗਾ ਇਨਾਂ ਕੋਲ ਆਪਣਾ ਇੰਜਨ ਨਹੀਂ ਹੈਗਾ ਤੇ ਬਾਕੀ ਜਿਹੜੇ ਇਨਾਂ ਨੇ 1200 1500 cc ਡੀਜ਼ਲ ਇੰਜਨ ਵੀ ਤਿਆਰ ਕੀਤਾ ਉਹਨਾਂ ਦੀ ਠੀਕ ਪਰਫਾਰਮੈਂਸ ਹੈਗੀ ਆ ਵਧੀਆ ਚੱਲਦੇ ਆ ਪਿਕਅਪ ਠੀਕ ਆ ਨੌਇਸ ਦੀ ਪ੍ਰੋਬਲਮ ਉਹਨਾਂ ਦੇ ਵਿੱਚ ਆਉਂਦੀ ਹੈ ਇੱਕ ਚੀਜ਼ ਇਹਦੇ ਵਿੱਚ ਬੜਾ ਦੇਖਣ ਵਾਲੀ ਆ ਜਿਹੜੇ ਟਾਟਾ ਦੇ ਵਿੱਚ ਇਲੈਕਟ੍ਰਿਕ ਪਾਰਟਸ ਹੁੰਦੇ ਨੇ ਨਾ ਉਹ ਬਹੁਤ ਜ਼ਿਆਦਾ ਪ੍ਰੋਬਲਮ ਦਿੰਦੇ ਆ ਹੈਰੀਅਰ ਦੇ ਵਿੱਚ ਵੀ ਬਹੁਤ ਪ੍ਰੋਬਲਮ ਆਉਂਦੀ ਹੈ ਸਫਾਰੀ ਦੇ ਵਿੱਚ ਨੈਕਸਨ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਹੈ ਸੋ ਇਹ ਚੀਜ਼ਾਂ 'ਤੇ ਬਹੁਤਾ ਧਿਆਨ ਦਿੰਦੇ ਨਹੀਂ ਆ ਔਰ ਇੱਕ ਚੀਜ਼ ਬੜੀ ਸੋਚਣ ਵਾਲੀ ਹੈ ਕਿ ਟਾਟਾ ਔਰ ਮਹਿੰਦਰਾ ਦਾ ਦੋਨਾਂ ਦਾ ਕੰਪੀਟੀਸ਼ਨ ਬੜਾ ਜ਼ਬਰਦਸਤ ਆ ਮਹਿੰਦਰਾ ਦੀ ਟਾਟਾ ਦੀ ਸੇਲ ਦੀ ਇੰਨੀ ਜ਼ਬਰਦਸਤ ਟੱਕਰ ਚੱਲ ਰਹੀ ਹੈ ਕਿ ਤੁਸੀਂ ਦੇਖ ਲਓ 1-2 ਮਹੀਨਿਆਂ ਨੂੰ ਮਹਿੰਦਰਾ ਟਾਟਾ ਔਰ ਹੁੰਡਾਈ ਨੂੰ ਪਿੱਛੇ ਛੱਡ ਕੇ ਦੂਸਰੇ ਨੰਬਰ ਤੇ ਆ ਸਕਦੀ ਹੈ ਪੂਰੀ ਪੂਰੀ ਸੰਭਾਵਨਾ ਹੈਗੀ ਹੈ ਉਹਦਾ ਕਾਰਨ ਇੱਕ ਬੜਾ ਤਾਕੜਾ ਸੋਲਿਡ ਆ ਇੱਕ ਤੇ ਜ਼ਿਆਦਾਤਰ ਗੱਡੀਆਂ ਦੀ 5 ਸਟਾਰ ਰੇਟਿੰਗ ਹੈ ਦੂਜਾ ਇੰਜਨਾਂ ਦੇ ਉੱਤੇ ਮਹਿੰਦਰਾ ਬਹੁਤ ਕੰਮ ਕਰ ਰਿਹਾ ਬਾਕੀ ਕੰਪਨੀਆਂ ਨੂੰ ਇਹ ਚੀਜ਼ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਮਹਿੰਦਰਾ ਨੇ ਇੰਜਨ ਆਪਣੇ ਨਵੇਂ ਤਿਆਰ ਕਰ ਕਰਕੇ ਉਹਨਾਂ ਕੋ ਉਧਾਰਾ ਇੰਜਨ ਇਸ ਟਾਈਮ ਨਹੀਂ ਮੈਨੂੰ ਲੱਗਦਾ ਕੋਈ ਵੀ ਹੋਏ ਆਪਣੇ ਇੰਜਨਾਂ ਤੇ ਉਹਨਾਂ ਨੇ ਕੰਮ ਕੀਤਾ ਆਪਣੀਆਂ ਗੱਡੀਆਂ ਕਾਮਯਾਬ ਕੀਤੀਆਂ ਤੁਸੀਂ ਇੱਥੋਂ ਤੱਕ ਦੇਖੋ ਕਿ ਛੋਟੀ ਜੀ ਰੇਂਜ ਦੀ ਗੱਡੀ ਦੇ ਵਿੱਚ 200 ਹੌਸਪਾਵਰ ਤੱਕ ਇੰਜਨ ਦੇ ਕੇ ਪੈਟਰੋਲ ਇੰਜਨ 200 ਹੌਸਪਾਵਰ ਦਾ ਦੇ ਦਿੱਤਾ ਔਰ ਵਧੀਆ ਪਰਫਾਰਮੈਂਸ ਹੋ ਦੇ ਰਿਹਾ ਮਹਿੰਦਰਾ ਦੇ ਬਾਅਦ ਚਾਉਨੇ ਟਾਟਾ ਦੀ ਆਪਾਂ ਗੱਲ ਕਰ ਲਈਏ ਤੇ ਟਾਟਾ ਨੂੰ ਲੋੜ ਹੈ ਚੰਗੇ ਇੰਜਨ ਬਣਾਉਣ ਦੀ ਕਿਉਂਕਿ ਜੇ ਇਹਨਾਂ ਨੇ ਚੰਗੇ ਇੰਜਨ ਨਾ ਬਣਾਏ ਸਰਵਿਸ ਤੇ ਇਹਨਾਂ ਦੀ ਪਹਿਲਾਂ ਹੀ ਬੜੀ ਮਾੜੀ ਆਫਟਰ ਸੇਲ ਸਰਵਿਸ ਬਹੁਤ ਮਾੜੀ ਆ ਇੰਜਨ ਮਾੜੇ ਹੋਏ ਤੇ ਅੱਗੇ ਜਾ ਕੇ ਟਾਟਾ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਅਗਲੀ ਗੱਲ ਕਰ ਲਈਏ ਦੋਸਤੋ ਐਮਜੀ ਦੀ MG ਕੋਲ ਦੋਸਤੋ ਪੈਟਰੋਲ ਉਹ ਡੀਜ਼ਲ ਦੋਨੇ ਇੰਜਨ ਨੇ ਤੇ ਚਾਰ ਘਾਰਾਂ ਨੇ ਇਹਨਾਂ ਕੋਲ ਤੇ 6 ਇੰਜਨ ਇਹਨਾਂ ਦੇ ਕੋਲ ਹੈਗੇ ਆ ਪਰ ਇਹਨਾਂ ਕੋਲ 6 ਦੇ 6 ਇੰਜਨ ਹੀ ਵਧੀਆ ਪਰਫਾਰਮੈਂਸ ਵਾਲੇ ਆ ਪੈਟਰੋਲ ਲਾ ਲਓ ਚਾਹੇ ਡੀਜ਼ਲ ਲਾ ਲਓ ਚਾਹੇ ਇਹ ਕੰਪਨੀ ਚਾਈਨਾ ਦੀ ਹੈ ਇਸ ਟਾਈਮ ਪਰ ਫਿਰ ਵੀ MG ਵਧੀਆ ਕੰਮ ਕਰ ਰਹੀ ਹੈ ਇੰਜਨਾਂ ਦੇ ਵਿੱਚ ਇਹਨਾਂ ਨੇ ਇਹ ਨਹੀਂ ਕਿ ਇੱਕੋ ਇੰਜਨ ਜਿਹੜੇ ਸਾਰੀਆਂ ਗੱਡੀਆਂ ਚ ਘੁਮਾ ਦਤੇ ਆ ਜਿਵੇਂ ਕਿ ਮਰੂਤੀ ਕਰਦੀ ਹੁਣ ਮਰੂਤੀ ਦੀ ਗੱਲ ਹੀ ਆਪਾਂ ਕਰ ਲਈਏ ਪੈਟਰੋਲ ਸੀएनजी ਕਾਰਾਂ ਇਹਨਾਂ ਦੇ ਕੋਲ ਤੇ 16 ਕਾਰਾਂ ਨੇ ਨਾ ਕੋਲ ਟੋਟਲ ਮਾਰਕੀਟ ਦੇ ਵਿੱਚ ਉਹਦੇ ਵਿੱਚ ਸੱਤ ਹੀ ਇੰਜਨ ਨੇ ਸੱਤ ਹੀ ਇੰਜਨ ਹੀ ਸਾਰੇ ਪਾਸੇ ਘੁਮਾਏ ਜਾਂਦੇ ਔਰ ਇਹਨਾਂ ਦੇ ਵਿੱਚ ਵੀ ਥੋੜੀ ਥੋੜੀ ਟਿਊਨਿੰਗ ਦਾ ਹੀ ਫਰਕ ਆ ਇੰਜਨ ਸਮਝੋ ਸੇਮ ਹੀ ਆ ਮਾੜੇ ਮਾੜੀ ਟਿਊਨਿੰਗ ਦਾ ਚੇਂਜਸ ਕਰਕੇ ਤੇ ਇਹਨਾਂ ਨੇ ਸੱਤ ਇੰਜਨ ਕਰਤੇ ਤਿਆਰ ਤੇ ਉਹ 16 ਗੱਡੀਆਂ ਦੇ ਵਿੱਚ ਚਲਾ ਰਹੇ ਨੇ ਔਰ ਇਹਨਾਂ ਨੂੰ ਬਹੁਤੇ ਇੰਜਨਾਂ ਦੀ ਵੈਸੇ ਲੋੜ ਕੀ ਹੋਣੀ ਐ ਸਾਰੀਆਂ ਤੇ ਇਹਨਾਂ ਕੋਲ ਇੱਕੋ ਤਰ੍ਹਾਂ ਦੀਆਂ ਕਾਰਾਂ ਨੇ ਛੋਟੀਆਂ ਛੋਟੀਆਂ ਗੱਡੀਆਂ ਨੇ ਸਾਰੀਆਂ ਤੇ ਉਹਨਾਂ ਦੇ ਵਿੱਚ ਤਾਂ ਕਰਕੇ ਇੱਕੋ ਇੰਜਨ ਚੱਲਦੇ ਪਏ ਹੈ ਚਲੋ ਇੱਕ ਹੀ ਇੰਜਨ ਬਣਾ ਦਿੰਦੇ ਤਾਂ ਉਹ ਵੀ ਇਹਨਾਂ ਦਾ ਸਾਰ ਜਣਾ ਆ ਬਰੀਜ਼ਾ ਤੇ ਗ੍ਰੈਂਡ ਵਿਟਾਰਾ ਲਈ ਇੱਕ ਦੋ ਇੰਜਨ ਇਹਨਾਂ ਨੂੰ ਚਾਹੀਦੇ ਥੋੜੀ ਜਿਹਾ ਵੱਡੇ ਉਹ ਵੀ ਥੋੜੇ ਘੱਟ ਉਹ ਹੁਣ ਬਰੀਜ਼ਾ ਦੀ ਗੱਲ ਕਰ ਲਈ ਗ੍ਰੈਂਡ ਵਿਟਾਰਾ ਦੀ ਗੱਲ ਕਰ ਲਈ ਆਰਟੀਗਾ ਦੀ ਤੇ ਤਿੰਨਾਂ ਗੱਡੀਆਂ ਦੇ ਵਿੱਚ ਇੱਕੋ ਇੰਜਨ ਦਿੱਤਾ ਹੋਇਆ ਥੋੜੀ ਜਿਹੀ ਟਿਊਨਿੰਗ ਦਾ ਫਰਕ ਪਾ ਕੇ ਇੱਕੋ ਇੰਜਨ ਦੇ ਦਿੱਤਾ ਤੇ ਉਹੀ ਤਾਂ ਕਹਿਣਾ ਚਲਾਈ ਜਾਂਦੇ ਆ ਤੇ ਚਲਾਉਣ ਦਾ ਸਵਾਦ ਸੱਚ ਜਾਣਿਓ ਕਿਸੇ ਗੱਡੀ ਦਾ ਨਹੀਂ ਆਉਂਦਾ ਨਾ ਬਰੀਜ਼ਾ ਦਾ ਨਾ ਗ੍ਰੈਂਡ ਵਿਟਾਰਾ ਦਾ ਤੇ ਨਾ ਆਰਟੀਗਾ ਦਾ ਕਿਉਂਕਿ ਇੰਜਨ ਬਹੁਤ ਛੋਟੇ ਆ 1500 ਸੀਸੀ ਇੰਜਨ ਐਡੀ ਵੱਡੀ ਗੱਡੀ ਨੂੰ ਤੇ ਨਹੀਂ ਚਾਹੀਦੇ ਘੱਟੋ ਘੱਟ 2000 ਸੀਸੀ ਇੰਜਨ ਹੋਣ ਹਸਪਾਵਰ ਹੀ ਬਹੁਤਾ ਨਹੀਂ ਤੇ ਘੱਟੋ ਘੱਟ ਤੇ 150 ਹਸਪਾਵਰ ਦੇ ਇੰਜਨ ਹੋਣ ਤੇ ਤਾਂ ਜਾ ਕੇ ਕਿਤੇ ਸੁਆਦ ਆਉਂਦਾ ਵਾ ਸੋ ਮਰੂਤੀ ਨੂੰ ਵੀ ਚਾਹੀਦਾ ਅਗੇ ਕਿ ਚਲੋ ਇੰਜਨਾਂ ਦੇ ਉੱਤੇ ਕੰਮ ਕਰਨ ਅੱਗੇ ਗੱਲ ਕਰਨੀ ਤੇ ਬਾਕਸ ਵੈਗਨ ਕੋਲ ਤਿੰਨ ਕਾਰਾਂ ਨੇ ਤੇ ਤਿੰਨ ਇੰਜਨ ਆ ਔਰ ਤਿੰਨੇ ਇੰਜਨ ਬਹੁਤ ਪਾਵਰਫੁਲ ਇੰਜਨ ਆ ਤਿੰਨੇ ਪੈਟਰੋਲ ਇੰਜਨ ਆ ਚੰਗੀ ਪਰਫਾਰਮੈਂਸ ਦਿੰਦੇ ਇਹਨਾਂ ਇੰਜਨਾਂ ਚ ਖਾਸੀਅਤ ਹੈ ਵਾ ਕੀ ਪਾਵਰ ਦੇ ਨਾਲ ਨਾਲ ਇਹਨਾਂ ਦੀ ਮਾਈਲੇਜ ਵੀ ਬਹੁਤ ਜ਼ਿਆਦਾ ਵਧੀਆ ਹੈਗੀ ਔਰ ਜੇ ਤੁਸੀਂ ਪਿਕਅਪ ਦੇ ਸ਼ੌਕੀਨ ਹੋ ਨਾ ਤੇ ਵਾਕਸ ਵੈਗਨ ਦੀ ਗੱਡੀ ਕੋਈ ਖਰੀਦ ਕੇ ਇੱਕ ਵਾਰੀ ਚਲਾ ਕੇ ਦੇਖੋ ਜਾਂ ਉਹਦਾ ਟੈਸਟ ਡਰਾਈਵ ਲੈ ਕੇ ਆਓ ਤੁਹਾਨੂੰ ਪਤਾ ਲੱਗ ਜੂਗਾ ਸਵਾਦ ਆ ਜੂਗਾ ਮੈਂ ਅਜ ਤੱਕ ਇਹਦੇ ਤੇ ਰਿਵਿਊ ਨਹੀਂ ਕੀਤਾ ਵਾਕਸ ਵੈਗਨ ਵਰਟਰਸ ਜਾਂ ਸਲਾਵੀਆ ਤੇ ਜਾਂ ਵਾਕਸ ਵੈਗਨ ਜਾਂ ਸਕੋਡਾ ਤੇ ਹੁਣ ਮੈਂ ਬਹੁਤ ਜਲਦੀ ਇਹਨਾਂ ਦੀ ਡੀਲਰਸ਼ਿਪ ਜਾ ਕੇ ਪੂਰਾ ਰਿਵਿਊ ਕਰਾਂਗੇ ਚੰਗੀ ਕੋਈ ਵੀਡੀਓ ਬਣਾ ਕੇ ਇਹਨਾਂ ਦਾ ਸੱਚ ਜਿਹੜਾ ਉਹ ਤੁਹਾਨੂੰ ਦੱਸਾਂਗੇ ਗੱਡੀਆਂ ਦਾ ਅੱਗੇ ਦੋਸਤੋ ਗੱਲ ਕਰ ਲਈਏ ਤੇ ਹੋਂਡਾ ਤਿੰਨ ਇੰਜਨ ਨੇ ਤੇ ਤਿੰਨ ਹੀ ਕਾਰਾਂ ਨੇ ਇਹਨਾਂ ਕੋਲ ਔਰ ਨਾਰਮਲ ਸਿੰਪਲ ਜਿਹੇ ਇੰਜਨ ਨੇ ਚੰਗੇ ਨੇ ਪਾਵਰਫੁਲ ਨੇ ਭਰੋਸਾ ਕਰ ਸਕਦੇ ਹੋ ਲੰਬਾ ਸਮਾਂ ਚੱਲਦੇ ਆ ਬਹੁਤੀ ਮੈਂਟਨੈਂਸ ਨਹੀਂ ਕੱਢਦੇ ਥੋੜਾ ਜਿਹਾ ਅੰਡਰ ਪਾਵਰ ਐਲੀਵੇਟ ਦੇ ਵਿੱਚ ਲੱਗੂਗਾ ਪਰ ਕੁੱਲ ਮਿਲਾ ਕੇ ਠੀਕ ਨੇ ਟੋਇਟਾ ਦੀ ਗੱਲ ਕਰੀਏ ਤੇ ਦੋਸਤੋ ਟੋਇਟਾ ਕੋਲ ਸੱਤ ਕਾਰਾਂ ਨੇ ਤੇ ਸੱਤ ਹੀ ਇੰਜਨ ਨੇ ਇਹ ਚ ਮਰੂਤੀ ਵਾਲੇ ਇੰਜਨ ਨਹੀਂ ਪਾਏ ਚੰਗੇ ਇੰਜਨ ਨੇ ਟੋਇਟਾ ਵਰਗੇ ਇੰਜਨ ਦੁਨੀਆਂ ਦੇ ਵਿੱਚ ਕਿਸੇ ਕੰਪਨੀ ਕੋਲ ਅਜੇ ਤੱਕ ਨਹੀਂ ਬਣ ਪਾਏ ਜਿੰਨਾ ਮਰਜ਼ੀ ਕੋਈ ਜਿਹੜੀ ਮਰਜ਼ੀ ਕੰਪਨੀ ਜ਼ੋਰ ਲਾ ਲੈ ਖਰਚਾ ਬਹੁਤ ਘੱਟ ਹੈ ਮੈਂਟਨੈਂਸ ਬਹੁਤ ਘੱਟ ਆ ਸਰਵਿਸ ਚਾਰਜਸ ਬਹੁਤ ਘੱਟ ਨੇ ਡੀਲਰਸ਼ਿਪ ਦੀ ਮੈਂ ਗੱਲ ਨਹੀਂ ਕਰ ਲਿਆ ਬੰਹ ਗੱਲ ਕਰ ਰਹੇ ਆ ਜਿਹੜੀ ਆਪਾਂ ਬਾਹਰੋਂ ਸਰਵਿਸ ਕਰਾ ਲੈਨੇ ਬਹੁਤ ਸਸਤੀ ਪੈਂਦੀ ਹੈ ਫੋਰਚਨਰ ਨੂਵਾ ਦੀ ਸਰਵਿਸ 4000 ਤੋਂ 4200 ਰੁਪਏ ਦੇ ਵਿੱਚ ਆਰਾਮ ਦੇ ਨਾਲ ਸਾਰੇ ਫਿਲਟਰ ਚੇਂਜ ਕਰਕੇ ਹੋ ਜਾਂਦੀ ਹੈ ਸੋ ਚੰਗੇ ਇੰਜਨ ਨੇ ਨੋਵਾ ਜਿਹੜੀਆਂ 8 8 10 10 ਲੱਖ ਕਿਲੋਮੀਟਰ ਵੀ ਚਲਾਈਆਂ ਨੇ ਇਟਿਓਸ 6 7 ਲੱਖ ਕਿਲੋਮੀਟਰ ਆਮ ਲੋਕਾਂ ਨੇ ਚਲਾਈਆਂ ਜਿਹੜੀਆਂ ਕਮਰਸ਼ੀਅਲ ਦੇ ਵਿੱਚ ਯੂਜ਼ ਕਰਦੇ ਆ। ਇਟਿਓਸ ਇੰਨੀ ਵਧੀਆ ਗੱਡੀ ਸੀ ਇੰਨਾ ਤਗੜਾ ਇੰਜਨ ਸੀ ਪਰ ਸਿਰਫ ਪੋਲਿਊਸ਼ਨ ਦੀ ਵਜ੍ਹਾ ਦੇ ਨਾਲ ਇਟਿਓਸ ਬੰਦ ਕਰ ਦਿੱਤੀ ਗਈ ਜਿਹੜਾ ਕਿ ਮੈਨੂੰ ਬਹੁਤ ਜ਼ਿਆਦਾ ਦੁੱਖ ਲੱਗਾ। ਜਿਹੜਾ BS6 ਆਇਆ ਇਹਨੇ ਬਹੁਤ ਜ਼ਿਆਦਾ ਚੰਗੀਆਂ ਨਵੀਆਂ ਗੱਡੀਆਂ ਜਿਹੜੀਆਂ ਉਹ ਖਤਮ ਕਰ ਦਿੱਤੀਆਂ ਮਾਰਕੀਟ ਦੇ ਵਿੱਚੋਂ। ਅੱਗੇ ਗੱਲ ਕਰ ਲਈਏ ਦੋਸਤੋ ਮਹਿੰਦਰਾ ਦੀ। ਔਰ ਮਹਿੰਦਰਾ ਕੋਲ 9 ਕਾਰਾਂ ਔਰ 14 ਇੰਜਨ ਨੇ। ਸਭ ਤੋਂ ਤਗੜਾ ਕੰਮ ਹੈ ਮਹਿੰਦਰਾ ਦਾ 9 ਕਾਰਾਂ 14 ਇੰਜਨ ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਨੇ ਸਕਾਰਪੀਓ ਐਂਡ ਦੇ ਇੰਜਨ ਤਿਆਰ ਕੀਤੇ ਮਹਿੰਦਰਾ ਥਾਰ ਦੇ ਇੰਜਨ ਤਿਆਰ ਕੀਤੇ ਬਲੈਰੋ ਦੇ ਮਰਾਜ਼ੋ ਦੇ ਬਲੈਰੋ ਨਿਓ ਦੇ ਸਾਰੇ ਇੰਜਨ ਅਲੱਗ-ਅਲੱਗ ਤੁਹਾਨੂੰ ਮਿਲਣਗੇ ਇਹ ਨਹੀਂ ਆ ਕਿ ਬਲੈਰੋ ਰ ਬਲੈਰੋ ਨਿਓ ਦਾ ਇੰਜਨ ਸੇਮ ਆ ਨਾ ਜੀ ਦੋਨਾਂ 'ਚ ਫਰਕ ਆ ਮਰਾਜ਼ੋ ਦਾ ਥਾਰ ਦੇ ਇੰਜਨ ਦੋਨਾਂ ਦੇ ਵਿੱਚ ਫਰਕ ਆ ਦੋਨਾਂ ਦੇ ਹੌਸਪਾਵਰ ਦੇ ਵਿੱਚ ਫਰਕ ਆ ਟਿਊਨਿੰਗਾਂ ਦੇ ਵਿੱਚ ਫਰਕ ਆ ਇਹ ਵਾ ਕਿ ਇਹਨਾਂ ਨੂੰ ਬੱਧਰ ਜਿਹਾ ਆ ਗਿਆ ਵਾ ਕਿ ਥੋੜੀ ਬੋਤੀ ਇਦਾਂ ਦਾ ਸੈਟਿੰਗ ਜੀ ਚੇਂਜ ਕਰ ਦੋ ਤੇ ਹੌਸਪਾਵਰ ਵਧ ਜਾਂਦੀ ਨੋਟੋਮੀਟਰ ਟਾਰਕ ਵਧਾ ਦਿੰਦੇ ਆ ਤੇ ਉਹਦੇ ਨਾਲ ਇੰਜਨ ਜਿਹੜੇ ਪਾਵਰਫੁੱਲ ਹੋ ਜਾਂਦੇ ਹੁਣ ਇਹ ਜਿਹੜੀ 3XY ਹੈ ਉਹਦੇ ਚ ਦੋ ਪੈਟਰੋਲ ਇੰਜਨ ਦੇ ਦਿੱਤੇ ਇੱਕ ਡੀਜ਼ਲ ਇੰਜਨ ਦੇ ਦਿੱਤਾ ਔਰ ਇਹ ਡੀਜ਼ਲ ਇੰਜਨ ਜਿਹੜਾ ਹੈ ਉਹ ਹੀ ਜਿਹੜਾ ਥਾਰ ਦੇ ਵਿੱਚ ਆ ਪਰ ਇਹਦੇ ਚ ਹੌਸਪਾਵਰ ਘਟਾਈ ਆ ਪਰ ਪਾਵਰਫੁੱਲ ਇੰਜਨ ਰੱਖਿਆ ਗੱਡੀ ਦੇ ਹਿਸਾਬ ਨਾਲ ਸੋ ਇਸ ਤਰੀਕੇ ਨਾਲ ਸਾਰੀਆਂ ਗੱਡੀਆਂ ਚ ਵਧੀਆ ਪਰਫਾਰਮੈਂਸ ਵਾਲੇ ਚੰਗੇ ਇੰਜਨ ਦੇ ਰਹੇ ਔਰ ਸਾਰੇ ਦੇ ਸਾਰੇ ਇੰਜਨ ਇਹਨਾਂ ਦੇ ਆਪਣੇ ਨੇ ਅੱਗੇ ਗੱਲ ਕਰ ਲਈਏ ਜਿਹੜੇ ਸਭ ਤੋਂ ਠੀਕ ਜਿੰਨਾ ਦਾ ਕੰਮ ਚੱਲ ਰਿਹਾ ਉਹ ਹੈਗਾ ਜੀ ਹੁੰਡਾਈ ਹੁੰਡਾਈ ਦੇ ਕੋਲ 9 ਕਾਰਾਂ ਔਰ 7 ਇੰਜਨਾਂ ਪੈਟਰੋਲ ਡੀਜ਼ਲ ਸੀਐਨਜੀ ਸਾਰੀਆਂ ਆਪਸ਼ਨਾਂ ਇਹਨਾਂ ਦੇ ਕੋਲ ਅਵੇਲੇਬਲ ਆ ਸਾਰੀਆਂ ਗੱਡੀਆਂ ਵਾਸਤੇ ਇਹਨਾਂ ਨੇ ਅਲੱਗ-ਅਲੱਗ ਇੰਜਨ ਤਿਆਰ ਕੀਤੇ ਆ ਔਰ ਇਹਨਾਂ ਦੇ ਇੰਜਨ ਜਿਹੜੇ ਅੱਜ ਦੀ ਡੇਟ 'ਚ ਹੁਣ ਡੀਜ਼ਲ ਇੰਜਨ ਇਹਨਾਂ ਕੋਲ ਬਹੁਤ ਘੱਟ ਨੇ ਜੇ ਹੁੰਡਾਈ ਦੇ ਡੀਜ਼ਲ ਇੰਜਨ ਦੀ ਗੱਲ ਕਰ ਲਈਏ ਤੇ ਉਹ ਕੋਈ ਬਹੁਤੀ ਵਧੀਆ ਲਾਈਫ ਲੰਬੀ ਲਾਈਫ ਨਹੀਂ ਹੁੰਦੀ ਵਰਨਾ ਜੇ ਲਾਲੋ ਕ੍ਰੇਟਾ ਲਾਲੋ ਤੇ ਜਦੋਂ 60-70 ਹਜ਼ਾਰ ਕਿਲੋਮੀਟਰ ਚੱਲਦੀ ਹੀ ਨਾ ਤੇ ਇੰਜਨ ਦਾ ਬਲੋ ਮਾਰਨ ਲੱਗ ਜਾਂਦਾ ਹੈਗਾ ਪਰਫਾਰਮੈਂਸ ਉਹਦੀ ਘੜਦੀ ਹੀ ਗੀ ਤੇ ਪੈਟਰੋਲ ਇੰਜਨ ਹਮੇਸ਼ਾ ਹੁੰਡਾਈ ਦੇ ਵਧੀਆ ਰਹੇ ਆ ਉਹਦੇ ਚ ਕੋਈ ਕੰਪਲੇਨਟ ਨਹੀਂ ਆਈ ਡੀਜ਼ਲ ਇੰਜਨ ਚ ਪ੍ਰੋਬਲਮ ਆ ਬਹੁਤ ਜ਼ਿਆਦਾ ਆਉਂਦੀਆਂ ਮੈਂਟਨੈਂਸ ਡੀਜ਼ਲ ਇੰਜਨ ਹੁੰਡਾਈ ਦੇ ਬਹੁਤ ਜ਼ਿਆਦਾ ਘੜਦੇ ਆ ਤਾਂ ਹੀ ਇਹ ਡੀਜ਼ਲ ਦੇ ਵਿੱਚ ਬਿਲਕੁਲ ਬੰਦ ਕਰੀ ਜਾ ਰਹੇ ਬਹੁਤ ਘੱਟ ਗੱਡੀਆਂ ਰਹਿ ਗਈਆਂ ਡੀਜ਼ਲ ਦੇ ਵਿੱਚ ਪੈਟਰੋਲ ਇੰਜਨ ਇਹਨਾਂ ਦੇ ਬਹੁਤ ਵਧੀਆ ਨੇ ਬੈਸਟ ਨੇ ਮਾਈਲੇਜ ਚੰਗੀ ਦਿੰਦੇ ਆ ਤੁਸੀਂ ਇਹ ਪਰਚੇਸ ਕਰ ਸਕਦੇ ਹੋ ਸੋ ਤੁਹਾਨੂੰ ਮੈਂ ਸਾਰੀ ਕਹਾਣੀ ਸੁਣਾਤੀ ਕਿਹੜੀ ਕੰਪਨੀ ਕੋਲ ਕਿੰਨੇ ਇੰਜਨ ਆ ਕਿ ਕਿਦਾਂ ਇੰਜਨ ਜਿਹੜੇ ਕੋਈ ਵਰਤੇ ਜਾਂਦੇ ਸਾਰੀਆਂ ਗੱਡੀਆਂ ਦੇ ਵਿੱਚ ਹੁਣ ਕੁੱਲ ਮਿਲਾ ਕੇ ਦੋਸਤੋ ਜੇ ਤੁਸੀਂ ਬਹੁਤ ਜ਼ਿਆਦਾ ਪਾਵਰਫੁਲ ਇੰਜਨ ਚਾਹੁੰਦੇ ਹੋ ਤੇ ਉਹ ਪੰਜਾਬ 'ਚ ਰਹਿੰਦੀ ਹੋ ਤੇ ਪੁਰਾਣੀਆਂ ਗੱਡੀਆਂ ਵੀ ਪਰਚੇਸ ਕਰ ਸਕਦੇ ਹੋ ਉਹਨਾਂ ਦੇ ਵਿੱਚ ਤੁਹਾਨੂੰ ਚੰਗੀਆਂ ਪਾਵਰਾਂ ਮਿਲ ਜਾਣਗੀਆਂ ਹੁਣ ਨਵੀਂ ਗੱਡੀ ਖਰੀਦਣੀ ਹੈ ਤੇ ਪੈਸੇ ਵੀ ਬਹੁਤ ਜ਼ਿਆਦਾ ਲੱਗਣੇ ਆ ਤੇ ਸਵਾਦ ਵੀ ਬਿਲਕੁਲ ਨਹੀਂ ਆ ਰਿਹਾ ਖਾਸ ਕਰਕੇ ਪੈਟਰੋਲ ਗੱਡੀਆਂ ਦਾ ਤੇ ਸਤਿਆਨਾਸ ਹੀ ਕਰ ਦਿੰਦਾ ਹਜ਼ਾਰਿਆਰ ਸੀਸੀ ਦੀਆਂ ਗੱਡੀਆਂ ਬਣਾਉਂਦੀਆਂ ਐਡੀ ਡੀ ਵੱਡੀ ਗੱਡੀ ਦੀ ਬਾਡੀ ਬਣਾ ਦਿੰਦੇ ਆ ਤੇ ਚਲਾਉਣ ਦਾ ਬਿਲਕੁਲ ਸਵਾਦ ਨਹੀਂ ਆਉਂਦਾ ਟਰਬੋ ਵੀ ਲਾ ਕੇ ਤਾਂ ਵੀ ਗੱਲ ਨਹੀਂ ਬਣਦੀ ਸੋ ਦੇਖੋ ਅੱਗੇ ਸ਼ਾਇਦ ਕੁਝ ਕੰਪਨੀਆਂ ਨਵੀਂ ਕੋਈ ਕਾਰਡ ਕੱਢ ਦੇਣ ਜਾਂ ਫਿਰ EV ਕਾਰਾਂ ਦੇ ਦੌਰ ਇੰਨਾ ਜ਼ਿਆਦਾ ਚੱਲ ਪੇ ਕਿ ਇੰਜਨਾਂ ਦੀ ਲੋੜ ਹੀ ਨਾ ਪਏ ਤੇ ਜਾਂ ਇੰਝ ਨਹੀਂ ਕੋਈ ਚੰਗੇ ਆ ਜਾਣ ਤੇ ਅੱਗੇ ਫਿਲਹਾਲ ਦੀ ਘੜੀ ਤੇ ਜਿਹੜੀ ਆਸ ਆ ਉਹ ਤੇ ਮਹਿੰਦਰਾ ਤੋਂ ਹੀ ਹੈ ਕਿਉਂਕਿ ਮਹਿੰਦਰਾ ਹੀ ਸਭ ਤੋਂ ਵੱਧ ਪੈਸਾ ਇੰਜਨਾਂ ਤੇ ਖਰਚ ਰਿਆ ਤੇ ਇੰਜਨ ਚੰਗੇ ਬਣਾ ਰਿਆ ਸੋ ਦੋਸਤੋ ਜੇ ਵੀਡੀਓ ਚੰਗੀ ਲੱਗਦੀ ਹੈ ਜੇ ਚੰਗੀ ਲੱਗਦੀ ਹੈ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਫੇਰ ਨਵੀਂ ਵੀਡੀਓ ਦੇ ਨਾਲ ਨਵੇਂ ਮੁੱਦੇ ਦੇ ਨਾਲ ਧੰਨਵਾਦ